Z5 ऐप डाउनलोड करो ते देखो पूरे एपिसोड बिल्कुल फ्री। माधवी ए तू की किता? तेनु चंगी तरह पता है ना अरज इस फंक्शन च नहीं आएगा, फिर तू जानबूझ के दिया नु ओ कम क्यों दिता जेड़ा ओ नहीं कर सकती? तेनु पता है ना इन्ने साल पहले लोहड़ी वाले दिन की होया सी, ते फिर तू दिया नु इस खूच क्यों धक्का दे रही है? नहीं बीजी, मैं ओनू खूच नहीं धकेल रही, बल्कि मैं तो ओनू ओ काम कह रही हाँ जिंदे नाल अग्गे चल के इस परिवार की भलाई होएगी। नाले जे उन्हें इस घर च अरज की वाइफ बन के रहना है तो यह उनकी ड्यूटी है कि वह अरज नू इस घर दे नाल जोड़े। ये तो उनकी पहली परीक्षा है, तो जे दिया की जगह पर ट्विंकल होंगी ना तो मैं उन्होंने भी यही सब करने वास्ते कहना सी। इसलिए बीजी मैं दिया दे नाल कुछ भी नाजायज नहीं कर रही हूँ। देखिया तुसी एक कुड़ी किन्नी चलाक है, एदे सारे प्लान चुटकियां च सक्सेसफुल हो जांदे ने, ते एदा ता लक वी एदे फेवर च हुंदा है। ते जेकर इह अरज ब्रो नू लोहड़ी दे फंक्शन विच लैके आउण लई कामयाब होगी ना ते इह मॉम दीआं नज़रां विच होर वी महान बन जाएगी। इह कहिंदा की मतलब है हीरा? भाभी इही कि मॉम ने जिन्ने वार उहनू रिस्पोंसिबिलिटी दित्ती है ना उहने उह चंगे तरीके नाल निभाई है, ते उपरों दे पुरोहित जी ने उहदे इन्ने गुण गिना के ਉਹਨੂੰ ਅਸਮਾਨੀ ਚੜਾ ਦਿੱਤਾ ਹੈ। ਤੇ ਮੈਨੂੰ ਤਾਂ ਲੱਗਦਾ ਹੈ ਨਾ ਮੋਮ ਨੇ ਪੁਰੋਹਿਤ ਜੀ ਦੀ ਗੱਲ ਸੁਣ ਕੇ ਹੀ ਨਾ ਦੀਆ ਨੂੰ ਇਹ ਲੋਹੜੀ ਫੰਕਸ਼ਨ ਦੀ ਰਿਸਪੋਂਸੀਬਿਲਿਟੀ ਦਿੱਤੀ ਹੈ। ਤੇ ਜੇਕਰ ਉਹ ਇਹ ਸਾਰੇ ਕੰਮ ਪਰਫੈਕਟ ਤਰੀਕੇ ਨਾਲ ਕਰਨ 'ਚ ਕਾਮਯਾਬ ਹੋ ਗਈ ਨਾ ਤਾਂ ਮੋਮ ਨੇ ਤਾਂ ਨੈਚੁਰਲੀ ਉਹਦੇ ਵੱਲ ਦਾ ਹੋ ਜਾਣਾ। ਨਾਲੇ ਵੈਸੇ ਵੀ ਮੋਮ ਨੇ ਨਾ ਅੱਜ ਤਾਂ ਹੀ ਉਹੀ ਕੀਤਾ ਜੋ ਪੁਰੋਹਿਤ ਜੀ ਨੇ ਉਹਨਾਂ ਨੂੰ ਕਰਨ ਲਈ ਕਿਹਾ। ਉਹ ਕੁੜੀ ਕੁਝ ਨਾ ਬੋਲ ਕੇ ਨਾ ਸਾਨੂੰ ਇਨਡਾਇਰੈਕਟ ਵੇ ਨਾਲ ਵਾਰਨਿੰਗ ਦੇ ਰਹੀ ਹੈ। ਵਾਰਨਿੰਗ? ਮੈਂ ਕੁਝ ਸਮਝੀ ਨਹੀਂ, ਕਿਹੜੀ ਵਾਰਨਿੰਗ ਦੀ ਗੱਲ ਕਰ ਰਹੀ ਹੈ ਤੂੰ? ਓਹੋ ਸਮਾਇਰਾ ਭਾਬੀ, ਤੁਸੀਂ ਵੀ ਨਾ ਕਿੰਨੇ ਭੋਲੇ ਹੋ, ਤੁਸੀਂ ਭੁੱਲ ਗਏ ਉਹਨੂੰ ਉਹ ਸੜੇ ਹੋਏ ਸੂਟ ਵਿੱਚੋਂ ਨਾ ਤੁਹਾਡੀ ਰਿੰਗ ਮਿਲੀ ਹੈ ਅਤੇ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਕਿ ਉਹ ਸੂਟ ਤੁਸੀਂ ਹੀ ਸਾੜਿਆ ਅਤੇ ਉਹਨੇ ਉਹ ਰਿੰਗ ਵਾਪਸ ਕਰਕੇ ਤੁਹਾਨੂੰ ਇਹੀ ਦੱਸਿਆ ਕਿ ਉਹਨੂੰ ਸਭ ਪਤਾ ਹੈ ਕਿ ਇਹ ਕੰਮ ਤੁਹਾਡਾ ਹੈ ਅਤੇ ਉਹਨੇ ਤੁਹਾਨੂੰ ਬਖਸ਼ ਦਿੱਤਾ। ਤੁਹਾਨੂੰ ਕੀ ਲੱਗਦਾ ਉਹ ਕੁੜੀ ਇੰਨੀ ਪੌੜੀ ਹੈ ਕਿ ਉਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਤੁਹਾਡੇ ਅੱਗੇ ਕਨਫਰੰਟ ਨਹੀਂ ਕਰੇਗੀ? ਅਤੇ ਉਹ ਸਿਰਫ ਇਸ ਲਈ ਚੁੱਪ ਹੈ ਕਿ ਉਹ ਇਸ ਗੱਲ ਨੂੰ ਸਹੀ ਟਾਈਮ ਆਉਣ 'ਤੇ ਤੁਹਾਡੇ ਖਿਲਾਫ ਇਸਤੇਮਾਲ ਕਰੇ। ਇਹਨੂੰ ਵਾਰਨਿੰਗ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ? ਹੀਰਾ ਤੂੰ ਬਿਲਕੁਲ ਸਹੀ ਕਹਿ ਰਹੀ ਹੈ, ਇਸ ਕੁੜੀ ਨੂੰ ਹਜੇ ਇਸ ਘਰ ਵਿੱਚ ਆਏ ਥੋੜ੍ਹੇ ਦਿਨ ਹੋਏ ਹੈ ਅਤੇ ਇਹਨੇ ਇਸ ਘਰ ਵਿੱਚ ਧਿਆਨ ਦੇ ਕਬਜ਼ਾ ਕਰ ਲਿਆ। ਹੁਣ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਘਰਦਿਆਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਇਹ ਕਰ ਕੀ ਰਹੀ ਹੈ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।